ਹਾਂਜੀ ਤੁਸੀਂ ਦੇਖ ਰਹੇ ਹੋ ਜੀ ਆਪਣਾ ਹਫਤੂਰ ਇੰਟਰਨੈਸ਼ਨਲ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਜਰੂਰ ਕਰ ਲਓ ਤੇ ਵੀਡੀਓ ਲਾਈਕ ਵੀ ਜਰੂਰ ਕਰੋ ਅੱਜ 31 ਦਸੰਬਰ 2022 ਹੋ ਚੁੱਕਾ ਹੈ ਤੇ ਜਿਹੜਾ ਸਰਕਾਰ ਨੇ ਜਿਹੜਾ ਐਕਸਾਈਜ਼ ਡਿਊਟੀ ਦੇ ਉੱਤੇ ਜਿਹੜਾ ਕਟਿੰਗ ਵਗੈਰਾ ਕੋਈ ਵੀ ਹੈ ਜੀ ਇਹਦੇ ਬਾਰੇ ਕੋਈ ਵੀ ਜਿਹੜਾ ਹੈ ਜੀ ਕਨਫਰਮੇਸ਼ਨ ਨਹੀਂ ਦਿੱਤੀ ਇਹਦਾ ਮਤਲਬ ਕੀ ਹੈ ਕਿ ਇਹਦਾ ਸਿੱਧਾ ਸਿੱਧਾ ਮਤਲਬ ਇਹ ਬਣਦਾ ਹੈ ਕਿ ਜਿਹੜੀ ਫਿਊਲ ਦੇ ਉੱਤੇ 30 ਸੈਂਟ ਦੀ ਜਿਹੜੀ ਸਕੋਂ ਤੋਂ ਮਿਲ ਰਹੀ ਸੀ ਜਿਹਦੇ ਵਿੱਚ 12 ਸੈਂਟ ਜਿਹੜੇ ਪਹਿਲਾਂ ਖਤਮ ਕਰ ਦਿੱਤੇ ਗਏ ਸਨ 18 ਸੈਂਟ ਜਿਹੜੇ ਅਜੇ ਬਚੇ ਸਨ ਇਹ ਮਤਲਬ ਅੱਜ ਰਾਤ ਨੂੰ 12 ਵਜੇ ਜਿਹੜੇ ਖਤਮ ਹੋ ਜਾਣਗੇ ਸੋ ਅੱਜ ਰਾਤ 12 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕੀ ਕਰਨਾ ਹੈ ਕਿ ਤੁਹਾਡੇ ਕੋਲ ਸਕੂਟਰ ਮੋਟਰਸਾਈਕਲ ਕਾਰ ਜੋ ਕੁਝ ਵੀ ਹੈ ਤੁਸੀਂ ਕੋਸ਼ਿਸ਼ ਕਰੋ ਕਿ ਉਹਦੇ ਵਿੱਚ ਜਿਹੜਾ ਪੈਟਰੋਲ ਹੈ ਜੀ ਡੀਜ਼ਲ ਹੈ ਜਲਦੀ ਤੋਂ ਜਲਦੀ ਭਰਵਾ ਲਓ ਕਿਉਂਕਿ ਸਕਣ ਤੋਂ ਜਿਹੜੀ ਹੈ ਜੀ ਅੱਜ ਰਾਤ 12 ਵਜੇ ਤੱਕ ਹੀ ਹੈ ਕਿਉਂਕਿ ਉੱਤੇ ਸਰਕਾਰ ਦੇ ਵੱਲੋਂ ਕੋਈ ਵੀ ਜਿਹੜਾ ਹੈ ਜੀ ਨਵਾਂ ਨੋਟੀਫਿਕੇਸ਼ਨ ਨਹੀਂ ਆਇਆ ਹੈ ਇਸ ਦਾ ਮਤਲਬ ਇਹੀ ਬੈਠਦਾ ਹੈ ਕਿ ਅੱਜ ਰਾਤ 12:00 ਵਜੇ ਤੋਂ ਬਾਅਦ ਜਿਹੜੀਆਂ ਕੀਮਤਾਂ ਹਨ ਜੀ ਇਹ ਨਾਰਮਲ ਹੋ ਸਕਦੀਆਂ ਹਨ ਹੁਣ ਸਰਕਾਰ 2023 ਦੇ ਵਿੱਚ ਦੱਸਿਆ ਗਿਆ ਕਿ ਜੇ ਦੁਵਾਰਾ ਇਸ ਸਹੂਲਤ ਨੂੰ ਚਾਲੂ ਨਹੀਂ ਕਰ ਦਿੱਤੇ ਤੇ ਦੇ ਨਾਲ 0.4% ਜਿਹੜੀ ਹੈ ਜੀ ਇਨਫਲੇਸ਼ਨ ਵੱਧ ਸਕਦੀ ਹੈ ਜਿਹਦੇ ਨਾਲ ਤਕਰੀਬਨ ਅੱਧਾ ਪਰਸੈਂਟ ਜਿਹੜਾ ਹੈ ਜੀ ਤਕਰੀਬਨ ਜਿਹੜੇ ਰੇਟ ਫਰੇਟ ਚਾਰਜਸ ਜਿਹੜੇ ਵੱਧ ਸਕਦੇ ਨੇ ਟਰੱਕਾਂ ਦੇ ਪਾੜੇ ਵੱਧ ਸਕਦੇ ਨੇ ਤੇ ਟਰੱਕਾਂ ਦੇ ਕਿਰਾਏ ਵੀ ਵਧਣਗੇ ਜਦੋਂ ਟਰੱਕਾਂ ਦੇ ਕਿਰਾਏ ਵਧਣਗੇ ਤੇ ਦੇ ਨਾਲ ਜਿਹੜਾ ਹੋਰ ਖਾਣ ਪੀਣ ਦਾ ਸਾਮਾਨ ਤੇ ਹੋਰ ਚੀਜ਼ਾਂ ਹੋਣਗੀਆਂ ਉਹ ਵੀ ਵਧਣਗੀਆਂ ਕਿਉਂਕਿ ਸਾਰਾ ਕੁਝ ਜਿਹੜਾ ਹੈ ਜੀ ਗੈਸ ਬਿਜਲੀ ਪਾਣੀ ਦੇ ਉੱਤੇ ਹੀ ਡਿਪੈਂਡ ਕਰਦਾ ਹੈ। ਬਾਕੀ ਵੀ ਜਿਹੜਾ ਸਰਕਾਰ ਦੇ ਵੱਲੋਂ ਪਿਛਲੇ ਹਫ਼ਤੇ ਜਿਹੜਾ ਇੱਕ ਮੌਇਨਾ ਕੀਤਾ ਗਿਆ ਉਹਦੇ ਵੀ ਦੱਸਿਆ ਗਿਆ ਕਿ ਜਿਹੜਾ ਪੈਟਰੋਲ ਹੈ ਜੀ ਦਾ ਰੇਟ ਸਿਸਟਮ 1.0 ਤੇ 68 ਸੈਂਟ ਦੇ ਉੱਤੇ ਤਕਰੀਬਨ ਪਹੁੰਚ ਚੁੱਕਾ ਹੈ। ਤੇ ਡੀਜ਼ਲ ਜਿਹੜਾ ਹੈ ਜੀ 1.0 ਤੇ 68 ਸੈਂਟ ਨਾਰਮਲ ਚੱਲ ਰਿਹਾ ਹੈ। ਤੁਹਾਡੇ ਇਲਾਕੇ ਦੇ ਵੀ ਤੁਹਾਡੇ ਪੈਟਰੋਲ ਪੰਪ ਜਿਹੜਾ ਨੇੜੇ ਪੈਂਦਾ ਉਹਦੇ ਉੱਤੇ ਪੈਟਰੋਲ ਡੀਜ਼ਲ ਦਾ ਕੀ ਰੇਟ ਚੱਲ ਰਿਹਾ ਹੈ? ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਿਓ। ਬਾਕੀ ਕੱਲ ਸ਼ਾਮੀ ਜਿੱਦਾਂ ਕਿ 11:00 ਵਜੇ 10 ਮਿੰਟ ਰਾਤ ਦੇ ਉੱਤੇ ਰਾਏ ਦੂਏ ਦੇ ਉੱਤੇ ਇੱਕ ਪ੍ਰੋਗਰਾਮ ਚੱਲਿਆ ਸੀ ਜਿਹਦੇ ਵਿੱਚ ਜਿਹੜੇ ਇੱਥੋਂ ਦੇ ਆਪਣੇ ਇਟਲੀ ਦੇ ਵਿੱਚ ਇੱਕ ਜੋਤਸ਼ੀ ਜਿਹੜੇ ਇਟਾਲੀਅਨ ਜੋਤਸ਼ੀਅਨ ਨਾਮ ਹੈ ਪਾਉਲੋ ਫੌਕਸ ਜਿਹੜੇ ਕਿ ਹਰ ਸਾਲ ਜਿਹੜਾ ਇੱਥੇ ਦਾ ਭਵਿੱਖ ਦੱਸਦੇ ਹਨ ਨਵੇਂ ਸਾਲ ਦੇ ਉੱਤੇ ਇਹਨਾਂ ਦਾ ਕੱਲ ਪ੍ਰੋਗਰਾਮ ਜਿਹੜਾ ਪ੍ਰਕਾਸ਼ਿਤ ਹੋ ਚੁੱਕਾ ਹੈ ਇਹਦੇ ਵਿੱਚ ਇਹਨਾਂ ਨੇ ਜਿੰਨੇ ਵੀ ਇਟਾਲੀਅਨ ਲੋਕ ਜਿਹੜੇ ਸਨ ਉਹਨਾਂ ਦੀ ਜਿਹੜਾ 12 ਰਾਸ਼ੀਆਂ ਤੁਹਾਨੂੰ ਪਤਾ ਹੈ ਕਿ ਪੂਰੇ ਵਰਲਡ ਦੇ ਵਿੱਚ 12 ਰਾਸ਼ੀਆਂ ਹੁੰਦੀਆਂ ਨੇ ਤੇ 12 ਰਾਸ਼ੀਆਂ ਦੇ ਬਾਰੇ ਜਿਹੜੀ ਪੂਰੀ ਜਾਣਕਾਰੀ ਦਿੱਤੀ ਚਲਦੀ ਹੈ ਜੀ ਆਪਣੀ ਨੈਕਸਟ ਖਬਰ ਦੇ ਉੱਤੇ ਨੈਕਸਟ ਉਹ ਜਿਹੜੀ ਆਪਣੇ 1.25 ਸਾਲ ਦੀ ਇੱਕ ਬੱਚੀ ਇਸ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ ਵੀਤੂ ਫਾਸੀ ਹਸਪਤਾਲ ਜਿਹੜਾ ਕਿ ਲੇਚੇ ਦੇ ਵਿੱਚ ਪੈਂਦਾ ਹੈ ਹੋਇਆ ਇਸ ਤਰ੍ਹਾਂ ਹੈ ਪਹਿਲਾਂ ਇਸ ਨੂੰ ਜਿਹੜਾ ਗਲੀ ਪੁਲੀ ਹਸਪਤਾਲ ਸੀ ਉਹਦੇ ਵਿੱਚ ਐਡਮਿਟ ਕੀਤਾ ਗਿਆ ਸੀ ਉਸ ਤੋਂ ਬਾਅਦ ਇਸ ਬੱਚੀ ਦੀ ਜਿਹੜੀ ਸਿਹਤ ਜ਼ਿਆਦਾ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਸੀ ਫਿਰ ਇਸ ਨੂੰ ਦੂਸਰੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਲੇਚੇ ਦੇ ਵਿੱਚ ਇਸ ਨੂੰ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਜਾਂਦਾ ਕਿਉਂਕਿ ਇਸ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਇਨਫਲੂਐਂza ਹੋ ਚੁੱਕਾ ਸੀ ਹੁਣ ਜਿਹੜਾ ਘਟਨਾਕਰਮ ਹੈ ਜੀ ਏਡੀ ਤੇਜ਼ੀ ਦੇ ਨਾਲ ਵਾਪਰਦਾ ਕਿ ਡਾਕਟਰ ਵੀ ਦੇ ਵਿੱਚ ਹੈਰਾਨ ਹੋਏ ਹਨ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਮੌਕੇ ਦੇ ਉੱਤੇ ਕੀ ਕੀਤਾ ਜਾਵੇ ਬੱਚੀ ਦੀ ਇੱਕਦਮ ਜਿਹੜੀ ਤਬੀਅਤ ਸੀ ਵਿਗੜਨੀ ਸ਼ੁਰੂ ਹੋ ਚੁੱਕੀ ਸੀ ਤੇ ਚਾਣਕ ਜਿਹੜੀ ਬੱਚੀ ਦੀ ਮੌਤ ਹੋ ਜਾਂਦੀ ਹੈ ਚਲਦੇ ਹਾਂ ਜੀ ਨੈਕਸਟ ਖਬਰ ਦੇ ਉੱਤੇ ਨੈਕਸਟ ਉਹ ਜਿਹੜੀ ਆਪਣੀ ਸਰਕਾਰ ਨੇ ਜਿੱਦਾਂ ਕੁਝ ਵਾਅਦੇ ਇਟਲੀ ਦੇ ਵਿੱਚ ਕੀਤੇ ਸਨ ਸਰਕਾਰ ਬਣ ਤੋਂ ਪਹਿਲਾਂ ਜਿਹੜੀਆਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਅਸੀਂ ਜਿਹੜੇ ਸਰਕਾਰ ਅਗਰ ਬਣਦੀ ਹੈ ਤੇ ਅਸੀਂ ਆਹ ਜਿਹੜੇ ਕੰਮ ਕਰਾਂਗੇ ਪਰੰਤੂ ਜਦੋਂ ਸਰਕਾਰ ਬਣੀ ਬਜਟ ਲਾ ਵੀ ਪਾਸ ਹੋ ਗਿਆ ਮਨੋਬਰਾ ਜਿਹੜਾ ਪਾਸ ਹੋ ਗਿਆ ਜੀ ਉਹਦੇ ਵਿੱਚ ਲੋਕਾਂ ਨੇ ਹੁਣ ਕੁਝ ਗੱਲਾਂ ਜਿਹੜੀਆਂ ਸੀ ਉਹ ਨਹੀਂ ਲੱਭੀਆਂ ਜਿੱਦਾਂ ਕਿ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਜਿਹੜਾ 60 ਯੂਰੋ ਦਾ ਪੀਓਐਸ ਹੈ ਜੀ ਉਸ ਨੂੰ ਅਸੀਂ ਲਾਗੂ ਕਰਾਂਗੇ ਪਰੰਤੂ ਇਹ ਵੀ ਜਿਹੜਾ ਲਾਗੂ ਨਹੀਂ ਹੋਇਆ ਅਗਰ ਇਹ ਲਾਗੂ ਹੋ ਜਾਂਦਾ ਤਾਂ ਫਿਰ ਤੁਸੀਂ 60 ਯੂਰੋ ਤੱਕ ਦਾ ਜਿਹੜਾ ਕੋਈ ਵੀ ਸਾਮਾਨ ਤੁਸੀਂ ਕੈਸ਼ ਦੇ ਵਿੱਚ ਵੀ ਲੈ ਸਕਦੇ ਸੀ ਜਾਂ ਜਿਹੜਾ ਵਪਾਰੀ ਸੀ ਉਹ ਤੁਹਾਨੂੰ ਕਹਿ ਸਕਦਾ ਸੀ ਕਿ 60 ਯੂਰੋ ਤੱਕ ਜਿਹੜਾ ਹੈ ਜੀ ਤੁਹਾਨੂੰ ਕਾਰਡ ਨਹੀਂ ਮਾਰਨਾ ਪਵੇਗਾ ਕਿਉਂਕਿ ਉਸਦੇ ਕੋਲ ਇਹ ਸਹੂਲਤ ਨਹੀਂ ਹੈ ਕਿਸੇ ਨੂੰ ਵੀ ਕੋਈ ਨੁਕਸਾਨ ਨਹੀਂ ਹੋਣਾ ਸੀ। ਬਾਕੀ ਇਸ ਤੋਂ ਇਲਾਵਾ ਸਰਕਾਰ ਨੇ ਇੱਕ ਹੋਰ ਵਾਅਦਾ ਕੀਤਾ ਸੀ ਹਸਪਤਾਲਾਂ ਦਾ ਜਿਹੜਾ ਸੈਨੀਟਰੀ ਸਿਸਟਮ ਸੀ ਮਤਲਬ ਜਿਹੜਾ ਇੱਥੋਂ ਦਾ ਸਿਹਤ ਸਿਸਟਮ ਸੀ ਸਿਹਤ ਮੰਤਰਾਲਾ ਜਿਹਦੇ ਵਿੱਚ ਇੱਥੋਂ ਦੇ ਡਾਕਟਰ ਵਗੈਰਾ ਨਰਸਾਂ ਤੇ ਹੋਰ ਜਿਹੜਾ ਪਰਸਨਲ ਸਟਾਫ ਹੈ ਜੋ ਪੰਟੋ ਸਕੂਰਸ ਦਾ ਸਾਰੇ ਹਿੱਸੇ ਵਿੱਚ ਸ਼ਾਮਲ ਸਨ ਇਹਨਾਂ ਦੇ ਵਾਸਤੇ ਇੱਕ ਪਿਆਨੋ ਓਨਕੋਲੋਜੀ ਕੋ ਜਿਹੜੀ ਕਿ 3.5 ਮਿਲੀਅਨ ਮਲਾਤੀ ਲੋਕ ਜਿਹੜੇ ਸਨ ਇਟਲੀ ਵਿੱਚ ਉਹਨਾਂ ਦੀ ਜਿਹੜੀ ਦੇਖ ਰਹਿ ਕਰਦੀ ਹੈ ਇਹਦੇ ਵਿੱਚ ਵੀ ਜਿਹੜੀ ਸਰਕਾਰ ਮੁਕਰ ਚੁੱਕੀ ਹੈ ਬਾਕੀ ਇੱਕ ਹੋਰ ਵੱਡੀ ਚੀਜ਼ ਜਿਹੜੀ ਕਿ ਸਾਰੇ ਹੀ ਜਿੰਨੇ ਵੀ ਇਟਲੀ ਦੇ ਵਿੱਚ ਵਰਕਰ ਕੰਮ ਕਰਦੇ ਸਨ ਜਾਂ ਹੋਰ ਜੋ ਵੀ ਬੰਦਾ ਇਟਲੀ ਦੇ ਵਿੱਚ ਕੰਮ ਕਰਦਾ ਸੀ ਚਾਹੇ ਉਹ ਖੇਤੀਬਾੜੀ ਦੇ ਵਿੱਚ ਹੋਵੇ ਜਾਂ ਕਿਸੇ ਫੈਕਟਰੀ ਦੇ ਵਿੱਚ ਹੋਵੇ ਜਾਂ ਘਰੇਲੂ ਕੰਮ ਕਰਦਾ ਹੋਵੇ ਜਾਂ ਸਟਾਲੇ ਦੇ ਵਿੱਚ ਜਾਂ ਉਸ ਦਾ ਆਪਣਾ ਕਾਰੋਬਾਰ ਹੋਵੇ ਜਾਂ ਕੋਈ ਦੁਕਾਨਾਂ ਵਗੈਰਾ ਖੋਲੀਆਂ ਹੋਈਆਂ ਹੋਣ ਪਹਿਲਾਂ ਸਾਰੇ ਹੀ ਇਸ ਚੀਜ਼ ਦਾ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ ਪਰੰਤੂ ਹੁਣ ਜਿਹੜੀਆਂ ਆਸਾਂ ਟੁੱਟ ਚੁੱਕੀਆਂ ਹਨ ਕਿਹਾ ਗਿਆ ਸੀ ਕਿ ਜਿਹੜਾ 15% ਜਿਹੜਾ ਫਲੈਟ ਟੈਕਸ ਹੈ ਜੀ 85000 ਯੂਰੋ ਤੱਕ ਦੀ ਜਿਹੜੀ ਆਮਦਨ ਹੈ ਜੀ ਉਹਦੇ ਉੱਤੇ ਹੋ ਜਾਵੇਗਾ ਤੇ ਸਾਰੇ ਲੋਕਾਂ ਨੇ ਸੋਚਿਆ ਕਿ ਜਿਨ੍ਹਾਂ ਦਾ ਕੁੱਦ ਵੀ 25000 ਯੂਰੋ ਤੱਕ ਵੀ ਬਣਦਾ ਹੈ ਨਾਰਮਲ ਬੰਦੇ ਦਾ ਤੇ ਫਲੈਟ ਟੈਕਸ ਅਗਰ ਘਟ ਜਾਵੇਗਾ ਤੇ ਤਨਖਾਹ ਦੇ ਵਿੱਚ ਕਾਫੀ ਵਾਧਾ ਹੋ ਜਾਵੇਗਾ ਪਰੰਤੂ ਸਭ ਦੀਆਂ ਜਿਹੜੀਆਂ ਆਸਾਂ ਮਰਦਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਜੀ ਸਰਕਾਰ ਨੇ ਕਹਿਤਾ ਹੈ ਕਿ ਜਿਹੜਾ ਫਲੈਟ ਟੈਕਸ ਹੈ ਬਿਸ਼ੱਕ ਜਿਹੜਾ ਇਸ ਨੂੰ ਬਜਟ ਲਾ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਪਰੰਤੂ ਇਹ ਜਿਹੜਾ 15% ਫਲੈਟ ਟੈਕਸ ਹੈ ਜੀ ਸਾਰਿਆਂ ਦੇ ਵਾਸਤੇ ਨਹੀਂ ਹੈ ਕੁੰਡੀ ਜਿਹੜੀ ਹੈ ਜੀ ਇੱਥੇ ਹੀ ਪੈਂਦੀ ਹੈ ਇਹ ਜਿਹੜਾ ਫਲੇਟ ਟੈਕਸ ਹੈ ਜੀ ਤੁਹਾਨੂੰ 15% ਦੱਸਦੀ ਹੈ ਜਿਹੜੇ ਇੱਥੋਂ ਦੇ ਜਿਹਨਾਂ ਦੇ ਲੋਰੋ ਆਟੋਨੋਮ ਜਿੱਦਾਂ ਕਿ ਜਿਨਾਂ ਦਾ ਆਪਣਾ ਕਾਰੋਬਾਰ ਹੈ ਜਿਹੜੇ ਆਪਣੀ ਦੁਕਾਨਾਂ ਵਗੈਰਾ ਕਰਦੇ ਹਨ ਜਾਂ ਜਿਨਾਂ ਦਾ ਆਪਣਾ ਕੰਮ ਹੈ ਉਹਨਾਂ ਦੇ ਵਾਸਤੇ ਹੈ ਉਹਨਾਂ ਨੂੰ ਜਿਹੜਾ 65000 ਤੋਂ ਕਰਕੇ ਇਸ ਨੂੰ 85000 ਯੂਰੋ ਤੱਕ ਲਿਆਇਆ ਗਿਆ ਹੈ ਸੋ ਜਿਹੜੇ ਵਰਕਰ ਹਨ ਇਟਲੀ ਦੇ ਵਿੱਚ ਉਹਨਾਂ ਦੇ ਵਾਸਤੇ ਇੱਕ ਬੈਡ ਨਿਊਜ਼ ਹੈ ਜੀ ਬੁਰੀ ਖਬਰ ਹੈ ਬਾਕੀ ਇਸ ਤੋਂ ਇਲਾਵਾ ਜਿਹੜੀ ਸਮਾਰਟ ਵਰਕਿੰਗ ਹੈ ਇਹ ਵੀ ਜਿੱਦਾਂ ਕਿ ਸੋਚਿਆ ਸੀ ਕਿ ਨਾਰਮਲ ਤੌਰ ਤੇ ਕਾਫੀ ਜਿਹੜਾ ਫਾਇਦਾ ਹੋਵੇਗਾ ਲੋਕਾਂ ਨੂੰ ਪ੍ਰਾਂਤ ਦੇ ਵਿੱਚ ਵੀ ਸਰਕਾਰ ਨੇ ਜਿਹੜਾ ਸਿੱਧਾ ਸਿੱਧਾ ਜਿਹੜਾ ਸਾਈਨ ਦੇ ਦਿੱਤਾ ਹੈ ਇਹ ਵੀ ਉਹਨਾਂ ਲੋਕਾਂ ਦੇ ਵਾਸਤੇ ਹੋਏਗਾ ਜਿਨ੍ਹਾਂ ਦੀ ਜਿਹੜੀ ਸਥਿਤੀ ਕੁਝ ਗੰਭੀਰ ਹੈ ਸਾਰੇ ਲੋਕਾਂ ਨੂੰ ਜਿਹੜਾ ਇਹ ਸਹੂਲਤ ਦਾ ਫਾਇਦਾ ਨਹੀਂ ਮਿਲੇਗਾ ਬਾਕੀ ਜਿਹੜੀ ਇਟਲੀ ਦੇ ਵਿੱਚ ਚਾਈਨਾ ਤੋਂ ਫਲਾਈਟ ਆਈ ਸੀ ਦੇ ਵਿੱਚ ਜਿਹੜੇ ਪੋਜ਼ਿਟਿਵ ਪਾਏ ਗਏ ਸਨ 50% ਜਿਹੜੇ ਯਾਤਰੀ ਸਨ ਉਹ ਪੋਜ਼ਿਟਿਵ ਪਾਏ ਗਏ ਸਨ ਇਸ ਤੋਂ ਇਲਾਵਾ ਇਟਲੀ ਦੇ ਵਿੱਚ ਦੋ ਜਿਹੜੇ ਹੋਟਲ ਸਨ ਜਿੱਥੇ ਇਹਨਾਂ ਨੂੰ ਠਹਿਰਾਇਆ ਗਿਆ ਹੈ ਜੀ ਉਹਨਾਂ ਹੋਟਲਾਂ ਨੂੰ ਇਸ ਟਾਈਮ ਜਿਹੜਾ ਹੈ ਜੀ ਕੁਆਰੰਟਾਈਨ ਕੀਤਾ ਗਿਆ ਹੈ ਜਿਸ ਤਰ੍ਹਾਂ ਕਿ ਇਟਲੀ ਨੇ ਸਭ ਤੋਂ ਪਹਿਲਾਂ ਜਿਹੜਾ ਇਹ ਕੰਮ ਕੀਤਾ ਸੀ ਜਿਹੜੇ ਲੋਕ ਚਾਈਨਾ ਤੋਂ ਆ ਰਹੇ ਹਨ ਉਹਨਾਂ ਦੇ ਵਾਇਰਸ ਟੈਸਟ ਸ਼ੁਰੂ ਕਰ ਦਿੱਤੇ ਤੇ ਇਸ ਦੇ ਉੱਤੇ ਚਾਈਨਾ ਨੇ ਕੁਝ ਇਤਰਾਜ਼ ਵੀ ਜਤਾਇਆ ਕਿ ਉਸ ਦੇ ਹੀ ਦੇਸ਼ ਵਾਸੀਆਂ ਨਾਲ ਅਜਿਹਾ ਕਿਉਂ ਹੋ ਰਿਹਾ ਹੈ ਬਾਕੀ ਦੇਸ਼ਾਂ ਤੋਂ ਜਿਹੜੀਆਂ ਫਲਾਈਟਸ ਆ ਰਹੀਆਂ ਹਨ ਨਾਗਰਿਕ ਆ ਰਹੇ ਹਨ ਉਹਨਾਂ ਦੇ ਨਾਲ ਕਿਉਂ ਨਹੀਂ ਇਸ ਤਰ੍ਹਾਂ ਹੋ ਰਿਹਾ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਇਟਲੀ ਨੇ ਕਿਹਾ ਹੈ ਕਿ ਜਿਹੜੀ ਕੋਈ ਇਹੋ ਜਿਹੀ ਗਲਬਤ ਨਹੀਂ ਹੈ ਚਲੋ ਇਟਲੀ ਨੇ ਜੋ ਵੀ ਕੀਤਾ ਠੀਕ ਹੈ ਜੀ ਇਸ ਤੋਂ ਬਾਅਦ ਕੀ ਹੋਇਆ ਕਿ ਜਿਹੜਾ ਫਰਾਂਸ ਹੈ ਤੇ ਇੰਗਲੈਂਡ ਹੈ ਇਹਨਾਂ ਨੇ ਵੀ ਜਿਹੜਾ ਇਟਲੀ ਦਾ ਰਸਤਾ ਚੁਣ ਲਿਆ ਹੈ ਮਤਲਬ ਫ੍ਰਾਂਸ ਤੇ ਯੂਕੇ ਵੀ ਇਟਲੀ ਦੇ ਰਸਤੇ ਉੱਤੇ ਚੱਲ ਪਏ ਹਨ ਫ੍ਰਾਂਸ ਨੇ ਕਹੇਤਾ ਹੈ ਕਿ ਕੋਈ ਵੀ ਬੰਦਾ ਜਿਹੜਾ ਚਾਈਨਾ ਤੋਂ ਫ੍ਰਾਂਸ ਦੇ ਵਿੱਚ ਆਉਣਾ ਚਾਹੁੰਦਾ ਹੈ ਉਸ ਨੂੰ ਜਿਹੜੀ ਨੈਗੇਟਿਵ ਰਿਪੋਰਟ ਹੈ ਜੀ ਉਹ ਆਪਣੀ ਦਿਖਾਉਣੀ ਪਵੇਗੀ ਜਿਸ ਟਾਈਮ ਉਸ ਦੀ ਜਿਹੜੀ ਰਵਾਨਗੀ ਹੋਏਗੀ ਉੱਥੋਂ ਚਾਈਨਾ ਤੋਂ ਉਸ ਟਾਈਮ ਜਿਹੜਾ ਡਿਪਾਰਚਰ ਦੇ ਟਾਈਮ ਜਿਹੜਾ ਹੈ ਜੀ ਉਸ ਨੂੰ ਟੈਸਟ ਨੈਗੇਟਿਵ ਕਰੋਨਾ ਪਵੇਗਾ ਫ੍ਰਾਂਸ ਸਰਕਾਰ ਦੇ ਵੱਲੋਂ ਜਿਹੜੀ ਘੋਸ਼ਣਾ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਯੂਕੇ ਨੇ ਵੀ ਕੀਤਾ ਹੈ ਯੂਕੇ ਨੇ ਵੀ ਕਹੇਤਾ ਹੈ ਕਿ ਜੋ ਵੀ ਬੰਦਾ ਚਾਈਨਾ ਤੋਂ ਆਵੇਗਾ ਉਸ ਦੇ ਬਾਅਦ ਜਿਹੜਾ ਨੈਗੇਟਿਵ ਟੈਸਟ ਹੈ ਜੀ ਕੋਵਿਡ ਟੈਸ ਤੇ ਹੁਣ ਜਿਹੜਾ ਸਪੇਨ ਹੈ ਜੀ ਸਪੇਨ ਨੇ ਵੀ ਕੋਸ਼ਨਾ ਕਰ ਦਿੱਤੀ ਹੈ ਕੱਲ ਨੂੰ ਹੋ ਸਕਦਾ ਹੈ ਕਿ ਇੰਡੀਆ ਦੇ ਵਾਸੀ ਵੀ ਕੋਈ ਇਹੋ ਜਿਹੀ ਕੋਸ਼ਨਾ ਕਰ ਦੇਣ ਕਿਉਂਕਿ ਜਿਸ ਤਰ੍ਹਾਂ ਕਿ ਚਾਈਨਾ ਹੁਣ ਇਹਨਾਂ ਦੇਸ਼ਾਂ ਦੇ ਉੱਤੇ ਦਬਾਅ ਵੀ ਬਣਾ ਰਿਹਾ ਹੈ ਇਸ ਨਾਲ ਚਾਈਨਾ ਦੀ ਬਦਨਾਮੀ ਹੋ ਰਹੀ ਹੈ ਪੂਰੇ ਵਰਲਡ ਦੇ ਵਿੱਚ ਹੋ ਸਕਦਾ ਹੈ ਕਿ ਜਿਹੜੇ ਦੇਸ਼ਾਂ ਜੀ ਚਾਈਨਾ ਦੇ ਦਬਾਅ ਦੇ ਵਿੱਚ ਝੁਕ ਜਾਣ ਤੇ ਬਾਅਦ ਵਿੱਚ ਇਹ ਗੱਲ ਕਹਿ ਦੇਣ ਕਿ ਜਿੰਨੇ ਵੀ ਯਾਤਰੀ ਬਾਹਰੋਂ ਆਉਣਗੇ ਸਾਰਿਆਂ ਦੇ ਜਿਹੜੇ ਟੈਸਟ ਕੀਤੇ ਜਾਣਗੇ ਬਾਕੀ ਕਿ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 2022 ਦੇ ਵਿੱਚ ਜਿਹੜੇ ਜਰਨਲਿਸਟ ਹੁੰਦੇ ਹਨ ਜਿੱਦਾਂ ਕਿ ਪੱਤਰਕਾਰ ਜਿਹੜੇ ਤੁਹਾਡੇ ਤੱਕ ਖਬਰਾਂ ਪਹੁੰਚਾਉਂਦੇ ਹਨ ਹੁਣ ਪੱਤਰਕਾਰ ਟੀਵੀ ਦੇ ਨਾਲ ਸੰਬੰਧਤ ਹੋ ਸਕਦਾ ਖ਼ਬਰਾਂ ਦੇ ਨਾਲ ਸੰਬੰਧਤ ਜਾਂ ਕਿਸੇ ਵੀ ਤਰੀਕੇ ਦਾ ਹੋ ਸਕਦਾ ਹੈ ਪੱਤਰਕਾਰ ਦੀ ਜਿਹੜੀ ਡਿਊਟੀ ਹੁੰਦੀ ਹੈ ਜੀ ਕਈ ਵਾਰ ਇਹਨਾਂ ਨੂੰ ਜਿਹੜਾ ਆਪਣਾ ਇੰਟਰਵਿਊ ਦੇ ਵਾਸਤੇ ਜਾਂ ਆਪਣੀ ਜਾਣਕਾਰੀ ਲੈਣ ਦੇ ਲਈ ਅਲੱਗ-ਅਲੱਗ ਦਿਸ਼ਾਂ ਦੇ ਵਿੱਚ ਵੀ ਜਾਣਾ ਪੈਂਦਾ ਹੈ ਇਸ ਤਰ੍ਹਾਂ 2022 ਸਾਲ ਦੇ ਵਿੱਚ ਜਿਹੜੀ ਪੱਤਰਕਾਰਾਂ ਦੇ ਨਾਲ ਬਹੁਤ ਜ਼ਿਆਦਾ ਮਾਰੀ ਹੋਈ ਹੈ ਦੱਸਿਆ ਗਿਆ ਹੈ ਕਿ 2021 ਤੋਂ 30% ਜ਼ਿਆਦਾ ਜਿਹੜੇ ਪੱਤਰਕਾਰ ਹਨ ਇਹਨਾਂ ਦੀ ਜਿਹੜੀ ਮੌਤ ਹੋਈ ਹੈ ਪੱਤਰਕਾਰਤਾ ਦੇ ਵਿੱਚ ਮਤਲਬ ਇਹਨਾਂ ਨੂੰ ਮਾਰਿਆ ਗਿਆ ਹੈ ਟੋਟਲ ਜਿਹੜੀ ਸੰਖਿਆ ਹੈ ਜੀ 2022 ਦੇ ਵਿੱਚ 66 ਪੱਤਰਕਾਰ ਜਿਹੜੇ ਹਨ ਇਹਨਾਂ ਦੀ ਜਾਨ ਗਈ ਹੈ ਚਲਦੇ ਹਾਂ ਜੀ ਨੈਕਸਟ ਕੋਰ ਤੇ ਨੈਕਸਟ ਕੋਰ ਜਿਹੜੇ ਜਿਹੜੇ ਲੋਕ WhatsApp ਦਾ ਇਸਤੇਮਾਲ ਕਰਦੇ ਹਨ ਉਹਨਾਂ ਦੇ ਵਾਸਤੇ ਹੈ ਇਹ ਚਤਨਵੀਰ ਦੱਸ ਦਈਏ ਕਿ ਜਿਹੜਾ WhatsApp ਹੈ ਕਿਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਇਹ ਨਹੀਂ ਹੁੰਦਾ ਕਿ ਇੰਡੀਆ ਦੇ ਵਾਸਤੇ ਹੈ ਜਾਂ ਇਟਲੀ ਦੇ ਵਾਸਤੇ ਹੈ ਇਹ WhatsApp ਮਤਲਬ ਗਲੋਬਲੀ ਤੌਰ ਤੇ ਆਪਾਂ ਇਸ ਦੀ ਗੱਲ ਕਰ ਰਹੇ ਹਾਂ 1 ਜਨਵਰੀ 2023 ਤੋਂ ਬਹੁਤ ਸਾਰੇ ਫੋਨਾਂ ਦੇ ਉੱਤੇ ਜਿਹੜਾ ਚੱਲਣਾ ਬੰਦ ਹੋ ਜਾਵੇਗਾ ਇਹ ਖਬਰ ਜਿਹੜੀ ਅੱਜ ਇਸ ਕਰਕੇ ਪਾਈ ਜਾ ਰਹੀ ਹੈ ਤਾਂ ਕਿ ਜਿਹੜੀ ਪਹਿਲੀ ਜਨ ਵੀ ਨਜ਼ਦੀਕ ਆ ਰਹੀ ਹੈ ਸਾਰਿਆਂ ਨੂੰ ਪਤਾ ਲੱਗ ਜਾਵੇ। ਇਹਦੇ ਵੀ ਤੁਹਾਨੂੰ ਸਿੱਖੋ ਜੀ ਤੁਸੀਂ ਵੀ ਦੇਖ ਸਕਦੇ ਹੋ ਕਿ ਤੁਹਾਡੇ ਕੋਲ ਕਿਹੜਾ ਫੋਨ ਹੈ। ਜੇ ਤੁਹਾਡੇ ਕੋਲ ਜਿੱਦਾਂ ਐਂਡਰੋਇਡ 4.1 ਜਾਂ iOS ਜਿਹੜਾ 12 ਹੈ। ਜਾਂ ਫਿਰ ਆਈਫੋਨ 5 ਹੈ ਜਾਂ ਫਿਰ ਆਈਫੋਨ 5C ਹੈ। ਜਾਂ ਫਿਰ Samsung Galaxy S2 ਹੈ, Core ਹੈ। S2, S3 Mini, Trend 2, Trend Light, Xover 27 ਮਾਡਲ ਜਿਹੜੇ ਹਵਾਈ ਦੇ ਹਨ ਜਿਹਦੇ ਵਿੱਚ ਸਕੈਂਡ ਡੀ ਡੀ 1 ਡੀ ਕੁਆਡ ਐਕਸਲ ਡੀ 2 ਜੀ 740 ਮੇਟ ਪੀ 1 ਕੁਆਡ ਐਕਸਲ ਤੇ ਇਸ ਤੋਂ ਲਾਭਤਾ ਸੋਨੀ ਐਕਸਪੀਰੀਆ ਆਰਕ ਐਸ ਮਿਰਰ ਤੇ ਨਿਊ ਐਲ ਤੇ ਵਿਕੋ ਦਾ ਵੀ ਹੈ ਜੀ ਚੈਲ ਟੈਲੀਫੋਨ ਇਸ ਦੇ ਵਿੱਚ ਚਿੰਕ 5 ਤੇ ਡਾਰਕ ਨਾਈਟ ਜੈਡਟੀ ਐਚ ਟੀ ਸੀ ਡਿਜ਼ਾਇਰ 500 इस अलावा एल जी का इनैक्ट लुचिड टू ऑप्टीमस फोर एक्स एच डी एफ थ्री एफ थ्री क्यू एफ फाइव एफ सिक्स एफ सैवन एल टू एल थ्री टू एल थ्री टू डूअल एल फोर टू एल फोर टू डूल एल फाइव एल फाइव डूअल एल फाइव टू एल सैवन एल सैवन टू एल सैवन टू डूअल नीट्रो एच डी 23 ਤੋਂ ਇਲਾਵਾ ਕੁਝ 2 3 4 ਹੋਰ ਹਨ ਜੈਡੀਟੀੀ ਇਹ ਗ੍ਰੈਂਡ ਐਸ ਫਲੈਕਸ V956 ਤੇ ਗ੍ਰੈਂਡ ਐਕਸ ਸਕਵਾਡ V987 ਤੇ ਲੀਨੋਵੋ A820 ਤੇ ਆਰਕੋਸ 53 ਪਲੇਟਿਨਮ ਇਨ੍ਹਾਂ ਫੋਨਾਂ ਦੇ ਉੱਤੇ ਕੱਲ ਤੋਂ ਮਤਲਬ ਪਹਿਲੀ ਜਨਵਰੀ 2023 ਤੋਂ ਜਿਹੜਾ ਵਟਸਐਪ ਇਹ ਚੱਲਣਾ ਬੰਦ ਹੋ ਜਾਵੇਗਾ ਬਾਕੀ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਧੰਨਵਾਦ